जागदे दा लख सुते दा कख भाव जागदा व्यक्ति तो सौ काम करेगा समय का सही उपयोग करेगा अपनी जिंदगी दे विच अग्गे वधेगा पर जो व्यक्ति सुत्ता पिया है वह तो समय की बर्बादी कर रहा है समय नू खराब कर रहा है तो विद्यार्थियों इसलिए कहा जाता है कि पढ़ लियो सुते ना रहियो समय की बर्बादी ना करियो जागदे दा लख सुते दा कख यह है एक अखाण अखाण वो गल्लां हुंदियां ने जिहड़ियां कि आम भाषा दे विच आखियां जान जिहड़ियां कि बोलियां जान जिन्हां दे विच जिंदगी की एक सच्चाई हुंदी है ता इन्हां नूं असीं कहिंदे हाँ अखाण अखाणा बहुत ही खूबसूरत किसी भी भाषा नूं बना दिंदियां ने अखाण अते मुहावरे ता अखाणा दे विच एक तुकबंदी हुंदी है जिस तरह जागदे दा लख सुते दा कख ता चलिए फिर अज पढ़दे हाँ असीं कुछ अखाणा हेठ लिखे अर्थां दे आधार ते सही अखाण चुनो सानू कुछ मतलब अर्थ दिता होया है ता असीं दसना है कि ਕਿਹੜੀ ਅਖਾਣ ਦਾ ਇਹ ਅਰਥ ਸਾਨੂੰ ਪੁੱਛਿਆ ਦਿੱਤਾ ਹੋਇਆ ਠੀਕ ਹੈ ਜਦ ਕਿਸੇ ਤੋਂ ਲਾਭ ਦੀ ਆਸ ਹੋਵੇ ਆਸ ਆੜੇ ਨੂੰ ਕੰਨਾ ਆਸ ਹੋਵੇ ਪਰ ਉਹ ਨੁਕਸਾਨ ਪਹੁੰਚਾਉਣਾ ਚਾਹੇ ਅਸੀਂ ਤਾਂ ਅਗਲੇ ਤੋਂ ਲਾਭ ਦੀ ਉਮੀਦ ਕਰ ਰਹੇ ਹਾਂ ਅਸੀਂ ਤਾਂ ਕਿਸੇ ਮਤਲਬ ਕਿਸੇ ਫਾਇਦੇ ਦੀ ਉਮੀਦ ਕਰ ਰਹੇ ਹਾਂ ਦੂਸਰੇ ਬੰਦੇ ਤੋਂ ਲੇਕਿਨ ਉਹ ਸਾਨੂੰ ਇਹ ਉਹ ਸਾਡੇ ਬਾਰੇ ਨਹੀਂ ਸੋਚ ਰਿਹਾ ਉਹ ਕੁਝ ਨੁਕਸਾਨ ਕਰਨ ਬਾਰੇ ਹੀ ਸੋਚ ਰਿਹਾ ਹੈ ਤਾਂ ਇਹ ਕਿਸ ਦਾ ਹੁੰਦਾ ਹੈ ਕਿਹੜੀ ਅਖਾਣ ਦਾ ਇਹ ਅਰਥ ਹੈ ਉੱਚੀ ਦੁਕਾਨ ਫਿੱਕਾ ਪਕਵਾਨ ਤਾਂ ਇਹ ਤਾਂ ਦੇਖੋ ਆਮ ਹੀ ਤੁਸੀਂ ਸੁਣਿਆ ਹੋਵੇਗਾ ਬਹੁਤੇ ਤਾਂ ਪ੍ਰਚਲਿਤ ਹੈ ਉੱਚੀ ਦੁਕਾਨ ਫਿੱਕਾ ਪਕਵਾਨ ਮਤਲਬ ਨਾਮ ਤਾਂ ਜਿਸਦਾ ਬਹੁਤ ਵੱਡੇ ਹੋਣ ਨਾਮ ਤਾਂ ਮਤਲਬ ਮਸ਼ਹੂਰੀ ਤਾਂ ਬਹੁਤ ਜ਼ਿਆਦਾ ਹੋਵੇ ਪਰ ਕੁਆਲਿਟੀ ਓਨੀ ਨਾ ਹੋਵੇ ਕੁਆਲਿਟੀ ਬਹੁਤ ਲੋਅ ਹੋਵੇ ਤਾਂ ਉੱਥੇ ਅਸੀਂ ਕਹਿੰਦੇ ਹਾਂ ਉੱਚੀ ਦੁਕਾਨ ਫਿੱਕਾ ਪਕਵਾਨ ਵਾਲੀ ਗੱਲ ਹੈ ਤਾਂ ਉਲਟੀ ਵਾੜ ਖੇਤ ਨੂੰ ਖਾਏ ਤਾਂ ਦੇਖੋ ਵਾੜ ਜੋ ਹੁੰਦੀ ਹੈ ਖੇਤ 'ਤੇ ਬਾੜ ਮਤਲਬ ਲੱਗੀ ਹੋਈ ਉਸਦਾ ਕੀ ਕੰਮ ਹੁੰਦਾ ਹੈ ਵਾੜ ਦਾ ਜੋ ਕੰਮ ਹੁੰਦਾ ਹੈ ਉਹ ਹੁੰਦਾ ਹੈ ਪਸ਼ੂਆਂ ਤੋਂ ਜਾਂ ਕਿਸੇ ਮਤਲਬ ਕਿਸੇ ਵੀ ਹੋਰ ਇਨਸਾਨ ਤੋਂ ਜੋ ਖੇਤ ਨੂੰ ਨੁਕਸਾਨ ਪਹੁੰਚਾਉਣਾ ਚਾਹੇ ਉਸ ਤੋਂ ਰਾਖੀ ਕਰਨਾ ਠੀਕ ਹੈ ਪਰ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਮਤਲਬ ਜਿਹੜਾ ਬੰਦਾ ਰਾਖਾ ਹੈ ਜਿਹੜਾ ਬੰਦਾ ਮਤਲਬ ਰਾਖੀ ਕਰਨਾ ਜਿਸਦਾ ਕੰਮ ਹੈ ਉਹੀ ਉਸਨੂੰ ਨੁਕਸਾਨ ਪਹੁੰਚਾ ਰਿਹਾ ਹੈ ਤਾਂ ਉੱਥੇ ਅਸੀਂ ਇਹ ਵਰਤਦੇ ਹਾਂ ਉਲਟੀ ਵਾੜ ਖੇਤ ਨੂੰ ਖਾਏ ਮਤਲਬ ਖੇਤ ਨੂੰ ਵਾੜ ਹੀ ਖਾਣ ਲੱਗ ਗਈ ਉਹ ਨਾਲ ਨਾ ਖੜ੍ਹੇ ਉਹ ਘੋੜੀ 'ਤੇ ਚੜ੍ਹੇ ਉਹ ਨਾਲ ਨਾ ਖੜ੍ਹੇ ਦੇਖੋ ਖੜ੍ਹੇ ਜੋ ਲਿਖਿਆ ਜਾਂਦਾ ਹੈ ਖੱਖਾ ਰਾੜੇ ਦੇ ਪੈਰ ਦੇ ਵਿੱਚ ਹਾਹਾ ਖੜ੍ਹਾ ਨਹੀਂ ਹੈ ਇਹ ਖੜ੍ਹਾ ਤਾਂ ਕੰਨਾ ਖੜ੍ਹੇ ਉਹ ਇਸੇ ਤਰ੍ਹਾਂ ਚੜ੍ਹੇ ਰਾੜੇ ਨੂੰ ਲਾਵਾਂ ਚੜ੍ਹੇ ਖੜ੍ਹਾ ਜਾਂ ਖੜ੍ਹੇ ਉਹ ਨਾਲ ਨਾ ਖੜ੍ਹੇ ਉਹ ਘੋੜੀ 'ਤੇ ਚੜ੍ਹੇ ਇਹ ਕੀ ਹੁੰਦਾ ਕਿ ਇੱਕ ਬੰਦਾ ਤਾਂ ਨਾਲ ਵੀ ਨਹੀਂ ਖੜ੍ਹਨਾ ਚਾਹੁੰਦਾ ਮੈਂ ਨਹੀਂ ਤੇਰੇ ਨਾਲ ਖੜ੍ਹਨਾ ਦੂਸਰਾ ਉਸਨੂੰ ਮਤਲਬ ਇੰਨਾ ਇਸ ਰਿਸ਼ਤੇ ਦੇ ਬਾਰੇ ਮਤਲਬ ਵਧੀਆ ਸੋਚ ਰਿਹਾ ਹੈ ਇੰਨਾ ਮਤਲਬ ਕਿ ਉਹਦੇ ਨਾਲ ਮਤਲਬ ਕਿ ਪਿਆਰ ਵਧਾਉਣਾ ਚਾਹੁੰਦਾ ਹੈ ਕਿ ਉਹ ਉਸਨੂੰ ਲੈ ਕੇ ਘੋੜੀ 'ਤੇ ਚੜ੍ਹਨਾ ਚਾਹੁੰਦਾ ਮਤਲਬ ਆਪਣਾ ਜੋ ਹੈ ਆਪਣਤ ਜੋ ਹੈ ਉਸਨੂੰ ਉਸਦੇ ਨਾਲ ਵਧਾਉਣਾ ਚਾਹੁੰਦਾ ਤਾਂ ਉੱਥੇ ਅਸੀਂ ਵਰਤਦੇ ਹਾਂ ਉਹ ਨਾਲ ਨਾ ਖੜ੍ਹੇ ਉਹ ਘੋੜੀ 'ਤੇ ਚੜ੍ਹੇ ਕਿ ਰਾਜੀਵ ਤਾਂ ਆਪਣੀ ਮਤਲਬ ਮਾਂ ਨੂੰ ਕਹਿ ਕੇ ਗਿਆ ਸੀਗਾ ਕਿ ਮੈਂ ਅੱਜ ਆਪਣੇ ਜੋ ਮਾਲਕ ਹਨ ਉਹਨਾਂ ਨੂੰ ਕਹਿ ਦਿਆਂਗਾ ਕਿ ਮੇਰੀ ਜੋ ਤਨਖਾਹ ਹੈ ਉਹ ਵਧਾ ਦਿਉ ਪਰ ਉਹਦੇ ਮਾਲਕ ਨੇ ਕਿਹਾ ਕਿ ਸਾਨੂੰ ਤਾਂ ਤੇਰਾ ਕੰਮ ਪਸੰਦ ਨਹੀਂ ਤੂੰ ਕਿਤੇ ਹੋਰ ਦੇਖ ਲੈ ਤਾਂ ਉਹਨੇ ਆਪਣੀ ਮਾਂ ਨੂੰ ਆ ਕੇ ਕਿਹਾ ਰਾਜੀਵ ਨੇ ਕਿ ਇਹ ਤਾਂ ਉਹ ਗੱਲ ਹੋ ਗਈ ਉਹ ਨਾਲ ਨਾ ਖੜ੍ਹੇ ਉਹ ਘੋੜੀ 'ਤੇ ਚੜ੍ਹੇ ਮਤਲਬ ਅਗਲਾ ਤਾਂ ਮੈਨੂੰ ਨਾ ਮੇਰੇ ਨਾਲ ਖੜ੍ਹਨ ਨੂੰ ਵੀ ਨਹੀਂ ਤਿਆਰ ਅਤੇ ਮੈਂ ਉਹਨੂੰ ਲੈ ਕੇ ਘੋੜੀ 'ਤੇ ਚੜ੍ਹਨ ਨੂੰ ਤਿਆਰ ਹਾਂ ਅਤੇ ਮਤਲਬ ਜਦੋਂ ਕਿਸੇ ਤੋਂ ਲਾਭ ਦੀ ਆਸ ਹੋਵੇ ਪਰ ਉਹ ਇਸ ਤਰ੍ਹਾਂ ਨਾ ਸੋਚ ਰਿਹਾ ਹੋਵੇ ਨੁਕਸਾਨ ਪਹੁੰਚਾਉਣਾ ਚਾਹੇ ਜ਼ਰੂਰੀ ਨਹੀਂ ਹੈ ਪਰ ਆਪਾਂ ਕਿਸੇ ਤੋਂ ਲਾਭ ਦੀ ਉਮੀਦ ਕਰ ਰਹੇ ਹਾਂ ਪਰ ਅਗਲਾ ਅਜਿਹਾ ਨਾ ਸੋਚ ਰਿਹਾ ਹੋਵੇ ਤਾਂ ਉੱਥੇ ਅਸੀਂ ਇਹ ਵਰਤਦੇ ਹਾਂ ਉਹ ਨਾਲ ਨਾ ਖੜ੍ਹੇ ਉਹ ਘੋੜੀ 'ਤੇ ਚੜ੍ਹੇ ਉੱਠ ਦੇ ਗੱਲ ਟੱਲੀ ਟੱਲੀ ਹੁੰਦੀ ਹੈ ਛੋਟੀ ਜਿਹੀ ਮਤਲਬ ਇਹ ਜੋ ਸ਼ਬਦ ਵਰਤੀ ਜਾਂਦੀ ਹੈ ਅਖਾਣ ਇਹ ਵਰਤੀ ਜਾਂਦੀ ਹੈ ਜਦੋਂ ਕਿਸੇ ਵੱਡੇ ਵਿਅਕਤੀ ਨੂੰ ਕਿਸੇ ਮਤਲਬ ਵੱਡੇ ਬੰਦੇ ਨੂੰ ਕੋਈ ਛੋਟੀ ਜਿਹੀ ਚੀਜ਼ ਦਿੱਤੀ ਜਾਵੇ ਅਸੀਂ ਕਹਿੰਦੇ ਹਾਂ ਉੱਠ ਦੇ ਗੱਲ ਟੱਲੀ ਵਾਲੀ ਗੱਲ ਹੋ ਗਈ ਹੈ ਤਾਂ ਇੱਥੇ ਸਾਡਾ ਜੋ ਆਨਸਰ ਹੈ ਉਹ ਆਏਗਾ ਉਹ ਨਾਲ ਨਾ ਖੜ੍ਹੇ ਉਹ ਘੋੜੀ 'ਤੇ ਚੜ੍ਹੇ ਸਭਨਾਂ ਦਾ ਮੂਰਖ ਹੋਣਾ ਦੇਖ ਲੈਂਦੇ ਹਾਂ ਕਿਹੜੀ ਅਖਾਣ ਦਾ ਇਹ ਆਏਗਾ ਅਰਥ ਸ਼ਕਲ ਮੋਮਨਾ ਕਰਤੂਤ ਕਾਫਰਾਂ ਸ਼ਕਲ ਮੋਮਨੇ ਵਰਗੀ ਕਰਤੂਤ ਕਾਫਰਾਂ ਵਰਗੀ ਮਤਲਬ ਕਿ ਕਹਿਣੀ ਹੋਰ ਅਤੇ ਕਰਨੀ ਕੁਝ ਹੋਰ ਜਿਸ ਤਰ੍ਹਾਂ ਕਿ ਮੋਹਨ ਕਹਿੰਦਾ ਕਿ ਮੈਂ ਕਦੇ ਰਿਸ਼ਵਤ ਨਹੀਂ ਲਊਂਗਾ ਲੇਕਿਨ ਉਹ ਰਿਸ਼ਵਤ ਲੈਂਦਾ ਹੋਇਆ ਫੜਿਆ ਗਿਆ ਤਾਂ ਉਹਦੇ ਦੋਸਤ ਕਹਿਣ ਲੱਗੇ ਕਿ ਇਹ ਤਾਂ ਤੇਰੀ ਤਾਂ ਉਹੀ ਗੱਲ ਹੋਈ ਸ਼ਕਲ ਮੋਮਨਾ ਕਰਤੂਤ ਕਾਫਰਾਂ ਸੱਪ ਦਾ ਬੱਚਾ ਸਪੋਲਾ ਹੁਣ ਜੇ ਜੇ ਘਰਦਿਆਂ ਦੇ ਗੁਣ ਹੋਣਗੇ ਉਹ ਜਿਹੇ ਬੱਚਿਆਂ 'ਚ ਗੁਣ ਆਉਣਗੇ
ठीक है, तो उत्थे ही वरत्या जाता है भी नेगेटिव सेंस के थोड़ा जहा कि सप्प का बच्चा सपोला ही होगा, होर इस तो की भालदे हो जे घर दे है उह जिहा ही बच्चा होगा। सूरां नूं पौणे, सूरां नूं पौणे यह कित्थे वरत्या जाता है कि किसी अयोग व्यक्ति नूं जो कोई बहुत वधिया चीज़ दिती जाए तो उत्थे असीं कहिंदे आ सूरां नूं पौणे वाली गल है। सबे भेड़ां मूँह कालियां, मतलब सारे इक्को नाल दे ने, सारे ही मूर्ख ने, तो इत्थे साडा आ गया सबे भेड़ां मूँह कालियां, सारे इक्को थाली दे चट्टे वट्टे है। सख्ती नाले सारे काम सिद्ध हो सकते ना सकते ने, जिस तरह असीं कहिंदे आ कि डंडा पीर है विगड़िया तिगड़िया दा। सूलां जमदियां दे मूँह तिखे, यह वरत्या जाता है कि मतलब बचपन के विच ही जो किसी बच्चे की बच्चे का सानू पता लग जाए कि वड्डा होके कहे जा बनेगा, कि जिस तरह असी फॉर एग्जाम्पल लै लें कि सोन ने तो अपने वड्डे भरा दे थप्पड़ मारता, तो घर दे कहन लगे कि सूलां जमदियां ने मूँह तिखे तो बहुत मतलब भैड़ा बनेगा वड्डा होके। हत्थां नाल दित्तियां दंदां नाल खोलनियां पैंदियां ने, कि हत्थां नाल दित्तियां दंदां नाल की खोलनियां पैंदियां ने गंढां, तां इह वरत्या जांदा है कि जिहड़ा कुछ मतलब जो बंदे दे कर्म हुंदे है जिस तरह दियां करतूतां जो आपां कहिंदे आ जो किता है मतलब उह भुगतना पऊगा, मतलब जो भी असीं माड़ा कम करदे हां उह सानूं भुगतना ही पऊगा। हत्थां नाल कीतियां होईआं, हत्थां नाल दित्तियां होईआं दंदां दे नाल खोलनियां पैंदियां ने, तां गंढ गग्गे ते टिप्पी टड्डा गंढ। गरीब नूं रब दी मार, एक तां अगला पहले ही गरीब है, दूसरा मतलब कुदरती भी मतलब जो किस्मत है वह भी बेचारे की माड़ी है, तो असीं कहिंदे एक तां गरीब है मतलब गरीब नूं रब दी मार। सोटे दे डर बांदर नचे, हाँ जी इत्थे साडे इह टुकदा है सख्ती नाल ही सारे काम सिद्ध हो सकते ने, मतलब बांदरां नूं सिद्धा करन दे लई बांदरां नूं डराउण दे लई डंडा तां चलाउणा ही पएगा। सोटे दे डर बांदर नचे। नैक्सट है अपने कोल पई चीज़ नूं लभदे फिरना, बहुत वारी इस तरह होया होगा कि जिहड़ी चीज़ नूं तुसीं लभदे फिर रहे हो वह तुहाडे कोल ही है, मतलब तुसीं ऐनक नूं लभदे फिरदे हो तुहाडी जेब च है, पेन लभदे फिरदे हो तुहाडी जेब च है, तो अपने कोल पई चीज़ नूं लभदे फिरना। कख नाल भी रख, देखो कख जो शब्द है वह है बहुत मामूली जी चीज़ लई, आपां कहिंदे आम भाषा दे विच इहनूं तां कख भी नहीं आउंदा, मतलब थोड़ा जिहा मतलब बिल्कुल भी कुछ नहीं आउंदा। कख नाल भी रख, जदों थोड़ी जी चीज़ साडे काम आ जाए थोड़ी जी चीज़ साडा फायदा कर जाए कख नाल भी रख। रख मतलब इत्थे राखी तो आया है, वह वाला रख है। कुछड़ कुड़ी शहर टिंडोरा, यह साडे इत्थे यह फिट बैठता है थोड़ा जिहा, कुछड़ कुड़ी शहर टिंडोरा। हुण आपां अगे देख लैंदे आ, खंड आखियां मूँह मिठा नहीं हुंदा, मतलब जे मैं खंड कहता तो मूँह मिठा थोड़ी ना हो गया, गल्लां नाल कथा थोड़ी कम चलूगा, गल्लां नाल थोड़ी कम सरदा है, कुछ करके दिखाओ जे मतलब साडे लई कुछ करना चाहते हो तो कुछ करके दिखाओ, गल्लां नाल नहीं कम पूरा पैंदा। गधे नूं गुलकंद, ये भी उही है जी, मतलब गधे नूं गुलकंद, अयोग व्यक्ति नूं कोई वधिया चीज़ दे देनी, सूरां नूं पौणे जिस तरह। तो अपने कोल पई चीज़ नूं लभदे फिरां कुछ फिरना, कुछड़ कुड़ी शहर टिंडोरा, तो कुछड़ असी किस तरह लिखांगे, कक्के नूं औंकड़ आएगी उपर अदक आएगी छछा ते रड़ाड़ा कुछड़, ते टिंडोरा, टिंडोरा जदों असी लिखदे हाँ तो ढड्डे नूं सिहारी टिप्पी डड्डे नूं होड़ा रारे नूं कन्ना। ये थोड़े जिहड़े अलग जे जिहड़े औखे जे थोड़े जे शब्द है जिन्हां दे विच गलती हो सकती है उन्हां दी तुसीं प्रैक्टिस जरूर करनी है, थोड़ा जिहा देख लैंदे ने कि किस तरह असीं इहनां नूं लिखदे हाँ। जद कोई बहुत गरीब होवे पर खाम खा फोकियां टारा मारे, कि मतलब वैसे तो गरीब है पर मतलब एवं फोकियां गल्लां कि असी तो इस तरह असी तो उस तरह, तो घर पकदियां दे साक ने, घर पकदियां शब्द क्यों लिखे है ये, मतलब जे रोटी पकदी है घरे, मतलब जे तुसी तुहाडी जो फाइनैंशियल हालत है जो वो ठीक है तो साक मतलब लोग जो है फिर ही तुहाडे नाल रिश्ता रखते हैं, फिर ही तुहाडे नाल दोस्ती यारी संबंध रखते हैं, जे तुहाडी मतलब घर रोटी पकदी है, जे तुहाडी मतलब कि जो हालत है वो सही है, जे तुहाडे कोल पैसे नहीं है, मतलब सीधी गल जे कहीए तां चन्न चढ़े गुज्जे नहीं रहिंदे,
चन्न चढ़े, देखो चन्न चढ़िया कोई छोटी जी गल नहीं होंगी, चन्न का चढ़ना गुज्जा नहीं रहा, मतलब लुकया नहीं रहा, मतलब कोई भी वड्डी गल किसे तो लुकी नहीं रही। जिस तरह असी कहिए कि सुशांत का पेपर क्लीयर हो गया तो वो जो गुआढ़ी ने उसकी माँ वधाइया देन चले गए, तो उन्होंने कहा कि तुसी तो सानू नहीं दस्या पर सानू पता लग गया कि मतलब कि मुंडे का पेपर क्लीयर हो गया, चन्न चढ़े गुज्जे नहीं रहिंदे। घर खाण नू नहीं ते माँ पीण गई, तो घर खाण नू नहीं घरे खाण नू नहीं हैगा पर माँ पीण गई है। हाँ जी, पीण जो शब्द है मैं उम्मीद है कि तुहानू पता होएगा पीना करना की हुंदा है, जे नहीं पता तो घर पुछना है तुसी अज कि पीना किसनू कहिंदे ने। ठीक है, ਤਾਂ ਘਰ ਖਾਣ ਨੂੰ ਨਹੀਂ ਹੈਗਾ ਪਰ ਮਾਂ ਪੀਣ ਗਈ ਹੈ, ਕਿਉਂ ਗਈ ਹੈ? ਤਾਂ ਇਹ ਉਹੀ ਹੈ ਕਿ ਜਦ ਕੋਈ ਬਹੁਤ ਗਰੀਬ ਹੋਵੇ ਪਰ ਖਾਮ ਖਾ ਟਾਰਾਂ ਮਫੋਕੀਆਂ ਟਾਰਾਂ ਮਾਰੇ। ਛਿੱਕਾ ਟੁੱਟਾ ਬਿੱਲੀ ਦੇ ਭਾਗੀ, ਹਾਂਜੀ ਛਿੱਕਾ ਟੁੱਟਾ ਬਿੱਲੀ ਦੇ ਭਾਗੀ ਮਤਲਬ ਛਿੱਕ ਟੁੱਟ ਗਈ ਕੋਈ ਚੀਜ਼, ਨੁਕਸਾਨ ਹੋ ਗਿਆ। ਬਿੱਲੀ ਦੇ ਭਾਗੀ ਮਤਲਬ ਬਿੱਲੀ ਦੇ ਭਾਗੀ ਮਤਲਬ ਬਿੱਲੀ ਦੀ ਕਿਸਮਤ ਸੀ ਵੀ ਛਿੱਕਾ ਟੁੱਟ ਗਿਆ, ਵੀ ਇੱਕ ਦਾ ਨੁਕਸਾਨ ਹੋ ਗਿਆ ਦੂਜੇ ਦਾ ਫਾਇਦਾ ਹੋ ਗਿਆ। ਠੀਕ ਹੈ, ਤਾਂ ਉੱਥੇ ਅਸੀਂ ਵਰਤਦੇ ਹਾਂ ਛਿੱਕਾ ਟੁੱਟਾ ਬਿੱਲੀ ਦੇ ਭਾਗੀ। ਨੈਕਸਟ ਹੈ ਖਾਣ ਪੀਣ ਦਾ ਭੁੱਖਾ, ਜਦ ਦੇ ਜੰਮੇ ਬੋਧੀਓਂ ਲੰਮੇ। ਜਦੋਂ ਦੇ ਜੰਮੇ ਹੈ ਵਿਚਾਰਿਆਂ ਨੂੰ ਕੋਈ ਨਾ ਕੋਈ ਪਰੇਸ਼ਾਨੀ ਹੀ ਹੈ, ਕਦੇ ਬਿਮਾਰ ਹੋ ਜਾਂਦੇ ਹੈ, ਕਦੇ ਕੁਛ ਹੋ ਜਾਂਦਾ ਹੈ। ਠੀਕ ਹੈ, ਜਦ ਦੇ ਜੰਮੇ ਬੋਧੀਓਂ ਲੰਮੇ, ਤਾਂ ਮਤਲਬ ਬੁਰੀ ਹਾਲਤ ਦੇ ਵਿੱਚ ਹੀ ਨੇ ਜਦੋਂ ਦੇ ਜੰਮੇ ਨੇ। ਜੱਟ ਕੀ ਜਾਣੇ ਲੌਂਗਾਂ ਦਾ ਭਾਅ, ਜਦੋਂ ਕਿਸੇ ਅਣਜਾਣ ਵਿਅਕਤੀ ਨੂੰ ਅਸੀਂ ਪੁੱਛ ਲਈਏ ਕੁਝ ਤੇ ਉਹਨੂੰ ਮਤਲਬ ਪਤਾ ਹੀ ਨਾ ਹੋਵੇ, ਅਸੀਂ ਕਹਿੰਦੇ ਜੱਟ ਕੀ ਜਾਣੇ ਲੌਂਗਾਂ ਦਾ ਭਾਅ। ਇੱਕ ਮਤਲਬ ਕਿ ਜਿਵੇਂ ਇੱਕ ਲੇਡੀ ਕਿਸੇ ਨੂੰ ਪੁੱਛ ਲੈਂਦੀ ਹੈ ਕਿ ਇਹ ਸੂਟ ਕਿੰਨੇ ਦਾ ਹੋਊਗਾ, ਉਹ ਕਹਿੰਦਾ ਮੈਨੂੰ ਕੀ ਪਤਾ, ਜੱਟ ਕੀ ਜਾਣੇ ਲੌਂਗਾਂ ਦਾ ਭਾਅ। ਜਿੱਥੇ ਵੇਖਾਂ ਤਵਾ ਪਰਾਂਤ, ਉੱਥੇ ਗਾਵਾਂ ਸਾਰੀ ਰਾਤ। ਤਵਾ ਪਰਾਂਤ ਮਤਲਬ ਜਿੱਥੇ ਖਾਣਾ ਪੱਕੂਗਾ, ਜਿੱਥੇ ਇਹ ਹੈ ਕਿ ਖਾਣਾ ਮਿਲੂਗਾ, ਹੁਣ ਉੱਥੇ ਸਾਰੀ ਰਾਤ ਉੱਥੇ ਹਮੇਸ਼ਾ ਬੈਠੇ ਰਹਿਣਾ, ਉੱਥੇ ਮਤਲਬ ਗੱਲਾਂ ਕਰੀ ਜਾਣੀਆਂ, ਇਹ ਹੈ ਖਾਣ ਪੀਣ ਦਾ ਭੁੱਖਾ। ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ, ਇਹ ਵੀ ਉਹੀ ਹੈ ਕਿ ਫੋਕੀਆਂ ਟਾਰਾਂ ਮਾਰਨ ਵਾਲੀ ਗੱਲ ਕਿ ਪੱਲੇ ਕੁਛ ਹੈ ਨਹੀਂ ਪਰ ਮਤਲਬ ਸ਼ੋ ਆਫ ਕਰੀ ਜਾਣਾ। ਕਸੂਰ ਕਿਸੇ ਦਾ ਗੁੱਸਾ ਕਿਸੇ ਹੋਰ 'ਤੇ, ਮਤਲਬ ਕਸੂਰ ਤਾਂ ਕਿਸੇ ਹੋਰ ਦਾ ਹੈ, ਕਈ ਵਾਰ ਇੱਦਾਂ ਹੁੰਦਾ ਹੈ ਕਿ ਗੁੱਸਾ ਕਿਸੇ ਇੱਕ ਵਿਅਕਤੀ ਕਰਕੇ ਹੁੰਦਾ ਪਰ ਉਦੋਂ ਅਸੀਂ ਕੰਟਰੋਲ ਕਰ ਲੈਂਦੇ ਹਾਂ, ਪਰ ਉਹ ਗੁੱਸਾ ਕਿਸੇ ਹੋਰ 'ਤੇ ਨਿਕਲ ਜਾਂਦਾ। ਠੀਕ ਹੈ, ਡਿੱਗੀ ਖੋਤੇ ਤੋਂ ਗੁੱਸਾ ਘੁੰਮਿਆਰ 'ਤੇ, ਹਾਂਜੀ ਇਹ ਹੁੰਦਾ ਕਿ ਡਿੱਗੀ ਤਾਂ ਖੋਤੇ ਤੋਂ ਹੈ, ਮਤਲਬ ਨੁਕਸਾਨ ਤਾਂ ਮਤਲਬ ਕਿਸੇ ਹੋਰ ਕਰਕੇ ਹੋ ਗਿਆ, ਗੁੱਸਾ ਤਾਂ ਕਿਸੇ ਹੋਰ ਗੱਲ 'ਤੇ ਆਇਆ ਸੀ, ਅਤੇ ਕੱਢਤਾ ਗੁੱਸਾ ਘੁੰਮਿਆਰ 'ਤੇ, ਅਤੇ ਇਹੀ ਮਤਲਬ ਸੇਮ ਜਿਹਾ ਹੀ ਹੋ ਗਿਆ, ਕਸੂਰ ਕਿਸੇ ਦਾ ਗੁੱਸਾ ਕਿਸੇ ਹੋਰ 'ਤੇ। ਢਾਈ ਘਰ ਡੈਣ ਵੀ ਛੱਡ ਦਿੰਦੀ ਹੈ, ਇਹ ਵਰਤਿਆ ਜਾਂਦਾ ਹੈ ਵੀ ਜਦੋਂ ਕੋਈ ਵਿਅਕਤੀ, ਸਪੋਜ਼ ਕਰੋ ਕਿ ਕੋਈ ਵਿਅਕਤੀ ਆਪਣੇ ਦੋਸਤ ਤੋਂ ਮਤਲਬ ਦੋਸਤ ਨੂੰ ਠੱਗੀ ਮਾਰਨ ਲੱਗਿਆ ਉਹਦੇ ਨਾਲ, ਤਾਂ ਉਹਦਾ ਦੋਸਤ ਕਹੇਗਾ ਮੈਨੂੰ ਤਾਂ ਯਾਰ ਛੱਡ ਦੇ, ਮੈਨੂੰ ਤਾਂ ਤੇਰਾ ਪਤਾ ਹੀ ਹੈ ਤੂੰ ਕਿੱਡਾ ਵੱਡਾ ਠੱਗ ਹੈ। ਢਾਈ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ, ਤੂੰ ਇੰਨੀ ਕੁ ਤਾਂ ਲਿਹਾਜ਼ ਕਰ ਲੈ, ਡੈਣ ਵੀ ਮਤਲਬ ਇੰਨਾ ਕੁ ਲਿਹਾਜ਼ ਕਰਦੀ ਹੈ, ਤੂੰ ਤਾਂ ਕਰ ਲੈ। ਇੱਕ ਨੂੰ ਰੋਨੀ ਹੈ ਊਤ ਗਿਆ ਹੀ ਆਵਾ, ਊਤ ਗਿਆ ਹੀ ਆਵਾ ਦਾ ਜਿਹੜਾ ਅਰਥ ਹੈ ਉਹ ਹੁੰਦਾ ਕਿ ਸਾਰਾ ਪਰਿਵਾਰ ਹੀ ਇਸ ਤਰ੍ਹਾਂ ਦਾ ਹੈ, ਸਾਰਾ ਪਰਿਵਾਰ ਹੀ ਮਤਲਬ ਥੋੜ੍ਹੇ ਜਿਹੇ ਅਯੋਗ ਵਿਅਕਤੀਆਂ ਦਾ, ਇੱਕ ਨੂੰ ਇੱਕ ਦੀ ਗੱਲ ਨਹੀਂ ਹੈ ਇੱਥੇ। ਦਾੜੀ ਨਾਲੋਂ ਮੁੱਛਾਂ ਵੱਡੀਆਂ, ਦਾੜੀ ਨਾਲੋਂ ਮੁੱਛਾਂ ਵੱਡੀਆਂ ਦਾ ਹੁੰਦਾ ਹੈ ਕਿ ਜਿਹੜਾ ਮੂਲ ਹੈ ਉਹ ਵਿਆਜ ਨਾਲੋਂ ਵੱਧ ਹੈ। ਜਿਸ ਤਰ੍ਹਾਂ ਅਸੀਂ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਕੱਪੜਾ ਲਿਆਂਦਾ ਅਸੀਂ ਪੈਂਟ ਸ਼ਰਟ ਸਵਾਉਣ ਦੇ ਲਈ, ਕੱਪੜਾ ਤਾਂ ਹੈਗਾ 500 ਦਾ ਲੇਕਿਨ ਜੋ ਟੇਲਰ ਹੈ ਦਰਜੀ ਨੇ ਉਸਦਾ ਮੰਗ ਲਿਆ 750 ਰੁਪਇਆ, ਤਾਂ ਅਸੀਂ ਕਹਿੰਦੇ ਇਹ ਤਾਂ ਉਹੀ ਗੱਲ ਹੋ ਗਈ, ਦਾੜੀ ਨਾਲੋਂ ਮੁੱਛਾਂ ਵੱਡੀਆਂ, ਇੰਨੇ ਦੀ ਤਾਂ ਮੇਰੀ ਪੈਂਟ ਸ਼ਰਟ ਨਹੀਂ ਜਿੰਨੇ ਦੀ ਤੂੰ ਸਿਲਾਈ ਮੰਗ ਲਈ। ਤਾਂ ਕਸੂਰ ਕਿਸੇ ਦਾ ਗੁੱਸਾ ਕਿਸੇ ਹੋਰ 'ਤੇ, ਡਿੱਗੀ ਖੋਤੇ ਤੋਂ ਗੁੱਸਾ ਘੁੰਮਿਆਰ 'ਤੇ। ਜਦ ਕੋਈ ਗੱਲੀ ਬਾਤੀ ਮੰਨ ਜਾਏ ਪਰ ਪਿੱਛੋਂ ਆਪਣੀ ਮਰਜ਼ੀ ਕਰੇ, ਮਤਲਬ ਕਿ ਜਦੋਂ ਬੱਚੇ ਨੂੰ ਬਿਠਾ ਕੇ ਸਮਝਾਇਆ ਜਾਂਦਾ ਹੈ ਕਿਸੇ ਬਹੁਤ ਵਿਗੜੇ ਹੋਏ ਬੱਚੇ ਨੂੰ ਕਿ ਹੁਣ ਤੂੰ ਇਸ ਤਰ੍ਹਾਂ ਨਹੀਂ ਕਰਨਾ, ਉਹ ਕਹਿੰਦਾ ਹਾਂ ਮੈਂ ਠੀਕ ਹੈ ਇਸ ਤਰ੍ਹਾਂ ਨਹੀਂ ਕਰਦਾ, ਅਗਲੇ ਦਿਨ ਫਿਰ ਉਹਦਾ ਉਹੀ ਹਾਲ, ਤਾਂ ਗੱਲੀ ਬਾਤੀ ਮੰਨ ਜਾਏ ਅਤੇ ਫਿਰ ਉਹਦਾ ਮਤਲਬ ਉਸੇ ਤਰ੍ਹਾਂ ਹੀ ਕਰੇ। ਬਾਹਰ ਮੀਆਂ 5000, ਘਰ ਬੀਬੀ 6 ਤਰ੍ਹਾਂ ਦੀ ਮਾਰੀ, ਹਜ਼ਾਰੀ ਜੱਜ ਦੇ ਪੈਰ ਬਿੰਦੀ ਆਏਗੀ,
ਬਾਹਰ ਮੀਆਂ ਪੰਜ ਹਜ਼ਾਰੀ ਮਤਲਬ ਬਾਹਰ ਤਾਂ ਕਿਸੇ ਵਿਅਕਤੀ ਦੀ ਬਹੁਤ ਇੱਜ਼ਤ ਮਾਣ ਹੋਵੇ, ਲੋਕ ਬਹੁਤ ਮਤਲਬ ਸਤਿਕਾਰਯੋਗ ਉਸਨੂੰ ਮੰਨਦੇ ਹੋਣ, ਪਰ ਘਰ ਬੀਬੀ ਛਿੱਤਰਾਂ ਦੀ ਮਾਰੀ, ਪਰ ਘਰੇ ਉਸਦੀ ਕੋਈ ਇੱਜ਼ਤ ਨਾ ਹੋਵੇ, ਘਰੇ ਉਸਨੂੰ ਕੋਈ ਸਿੱਧੇ ਮੂੰਹ ਗੱਲ ਨਾ ਕਰਦਾ ਹੋਵੇ ਤਾਂ ਉੱਥੇ ਇਹ ਵਰਤਿਆ ਜਾਂਦਾ ਹੈ। ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਸੋਨਾ ਪੱਠ ਮਤਲਬ ਪੱਠੀ ਮਤਲਬ ਕਿ ਸੜ ਜਾਏ, ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਜਿਹੜਾ ਕੰਨਾਂ ਨੂੰ ਹੀ ਤੰਗ ਕਰਦਾ, ਜਿਹੜਾ ਕੰਨਾਂ ਨੂੰ ਖਾਂਦਾ ਹੈ ਸੋਨਾ, ਉਹ ਕਿਸ ਕੰਮ ਦਾ? ਠੀਕ ਹੈ, ਤਾਂ ਮਤਲਬ ਜਿਹੜੀ ਇਹ ਅਸੀਂ ਇੱਥੇ ਵਰਤ ਸਕਦੇ ਹਾਂ ਕਿ ਮੇਰੀ ਜਿਹੜੀ ਨਵੀਂ ਕਮੀਜ਼ ਹੈ, ਜਿਹੜੀ ਮੇਰੀ ਨਵੀਂ ਸ਼ਰਟ ਹੈ, ਉਹ ਚੁਗਦੀ ਹੈ। ਠੀਕ ਹੈ, ਜਿਸ ਤਰ੍ਹਾਂ ਮਤਲਬ ਕਿ ਸਾਨੂੰ ਇਰੀਟੇਸ਼ਨ ਹੁੰਦੀ ਹੈ ਉਹ ਪਾ ਕੇ, ਹੈ ਉਹ ਬਹੁਤ ਸੋਹਣੀ ਬਹੁਤ ਮਹਿੰਗੀ ਹੈ, ਪਰ ਮਤਲਬ ਅਸੀਂ ਕਹਾਂਗੇ ਕਿ ਇਹ ਮੈਂ ਨਹੀਂ ਇਸਨੂੰ ਪਾਉਣਾ, ਇਹਨੂੰ ਸਿੱਟ ਦਿਓ। ਪੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਨੇ। ਹਾਂਜੀ, ਇਹ ਵਰਤਿਆ ਜਾਂਦਾ ਹੈ, ਭੱਜੀਆਂ ਮਤਲਬ ਬਾਹਾਂ ਭੱਜ ਕੇ ਗੱਲ ਨੂੰ ਆਉਂਦੀਆਂ ਨੇ, ਜਿਹੜੇ ਆਪਣੇ ਹੁੰਦੇ ਨੇ, ਜਿਹੜੇ ਸਕੇ ਸੰਬੰਧੀ ਹੁੰਦੇ ਨੇ, ਜਿਹੜੀ ਮੁਸ਼ਕਿਲ ਦੇ ਵਿੱਚ ਜਦੋਂ ਇਨਸਾਨ ਨੂੰ ਮੁਸ਼ਕਿਲ ਪੈਂਦੀ ਹੈ ਜ਼ਿੰਦਗੀ ਦੇ ਵਿੱਚ, ਤਾਂ ਉਹਨਾਂ ਕੋਲ ਹੀ ਅਸੀਂ ਜਾਂਦੇ ਹਾਂ, ਸਕੇ ਸੰਬੰਧੀਆਂ ਕੋਲ ਹੀ ਜਾਂਦੇ ਹਾਂ, ਤਾਂ ਉੱਥੇ ਇਹ ਵਰਤਿਆ ਜਾਂਦਾ ਕਿ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਨੇ। ਪੈਂਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਹੀ, ਪੈਂਚ ਜੋ ਹਨ ਇੱਥੇ ਮਤਲਬ ਸਰਪੰਚ ਤੋਂ ਪੰਚ ਜਿਹੜੇ ਹੁੰਦੇ ਨੇ, ਮਤਲਬ ਜੋ ਫੈਸਲਾ ਕਰਦੇ ਨੇ, ਪੈਂਚਾਂ ਦਾ ਕਿਹਾ ਸਿਰ ਮੱਥੇ ਮਤਲਬ ਉਦੋਂ ਅਸੀਂ ਹਰ ਗੱਲ ਮੰਨ ਲਾਂਗੇ ਕਿ ਹਾਂਜੀ ਹਾਂਜੀ ਠੀਕ ਹੈ, ਮੈਂ ਨਹੀਂ ਅੱਗੇ ਤੋਂ ਇਸ ਤਰ੍ਹਾਂ ਕਰਦਾ। ਪਰਨਾਲਾ ਉੱਥੇ ਹੀ, ਪਰ ਜਿਹੜੀ ਪ੍ਰੋਬਲਮ ਹੈ ਉਹ ਉੱਥੇ ਦੀ ਉੱਥੇ, ਅਗਲੇ ਤੋਂ ਅਗਲੇ ਦਿਨ ਤੋਂ ਫਿਰ ਉਹੀ ਹਾਲ। ਜਦ ਕੋਈ ਗੱਲੀ ਬਾਤੀ ਮੰਨ ਜਾਏ ਪਰ ਪਿੱਛੋਂ ਆਪਣੀ ਮਰਜ਼ੀ ਕਰੇ, ਤਾਂ ਸਾਡਾ ਆਂਸਰ ਆਏਗਾ ਡੀ। ਜਦ ਰੱਜੇ ਹੋਏ ਨੂੰ ਸਵਾਦਲੀਆਂ ਚੀਜ਼ਾਂ ਚੰਗੀਆਂ ਨਾ ਲੱਗਣ, ਚੱਚੇ ਨੂੰ ਬਿਹਾਰੀ ਜੱਜੇ ਪੈਰ ਬਿੰਦੀ ਕੰਨਾਂ ਅਤੇ ਉੱਪਰ ਬਿੰਦੀ। ਕਈ ਵਾਰ ਇੱਦਾਂ ਹੁੰਦਾ ਹੈ ਕਿ ਸਾਡਾ ਪੇਟ ਭਰਿਆ ਹੁੰਦਾ ਹੈ ਤਾਂ ਪਿੱਛੋਂ ਮੰਮੀ ਦੀ ਆਵਾਜ਼ ਆਉਂਦੀ ਹੈ, ਬੇਟਾ ਥੋੜ੍ਹਾ ਜਿਹਾ ਹਲਵਾ ਖਾ ਲੈ, ਥੋੜ੍ਹਾ ਜਿਹਾ ਕੜਾਹ ਖਾ ਲੈ। ਨਹੀਂ ਮੰਮੀ, ਮੈਂ ਮੇਰਾ ਨਹੀਂ ਜੀ ਮਤਲਬ ਮਨ ਨਹੀਂ ਕਰ ਰਿਹਾ, ਤਾਂ ਉੱਥੇ ਹੁੰਦਾ ਕਿ ਰੱਜੇ ਹੋਏ ਨੂੰ ਸਵਾਦਲੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਭਾਗਾਂ ਦਿਆ ਬਲੀਆ ਰਿੱਧੀ ਖੀਰ 'ਤੇ ਹੋ ਗਿਆ ਦਲੀਆ। ਭਾਗਾਂ ਦਿਆ ਬਲੀਆ ਮਤਲਬ ਜਿਹੜੀ ਜਦੋਂ ਕਿਸਮਤ ਮਾੜੀ ਹੋਵੇ, ਜਦੋਂ ਵਿਅਕਤੀ ਦਾ ਜੋ ਟਾਈਮ ਹੈ ਉਹ ਔਖਾ ਚੱਲ ਰਿਹਾ ਹੋਵੇ, ਰਿੱਧੀ ਖੀਰ 'ਤੇ ਹੋ ਗਿਆ ਦਲੀਆ। ਖੀਰ ਵੀ ਬਣਾਓ ਤਾਂ ਦਲੀਆ ਹੋ ਜਾਂਦਾ, ਮਤਲਬ ਕੋਈ ਵਧੀਆ ਟਾਈਮ ਵੀ ਆਉਣਾ ਹੋਵੇ ਤਾਂ ਉਹ ਵੀ ਮਾੜਾ ਹੋ ਜਾਂਦਾ। ਠੀਕ ਹੈ, ਤਾਂ ਮਤਲਬ ਕਿਸਮਤ ਜਦੋਂ ਬੰਦੇ ਦੀ ਮਾੜੀ ਹੋਵੇ ਤਾਂ ਸਾਰਾ ਕੁਛ ਮਾੜਾ ਹੀ ਮਾੜਾ ਹੁੰਦਾ। ਭਰੇ ਪੇਟ 'ਤੇ ਸ਼ੱਕਰ ਖਾਰੀ, ਹਾਂਜੀ ਪੇਟ ਭਰਿਆ ਹੋਇਆ ਤਾਂ ਸ਼ੱਕਰ ਹੁੰਦੀ ਹੈ ਮਿੱਠੀ, ਪਰ ਪੇਟ ਭਰਿਆ ਹੋਇਆ ਤਾਂ ਤੁਹਾਨੂੰ ਉਹ ਖਾਰੀ ਲੱਗੂਗੀ, ਮੈਂ ਨਹੀਂ ਇਹ ਖਾਣੀ, ਤਾਂ ਇਹ ਉਹੀ ਗੱਲ ਹੈ। ਠੀਕ ਹੈ, ਮੂੰਹ ਤੋਂ ਲਾਹੀ ਲੋਈ, ਲਾਹੀ ਲੱਲੇ ਨੂੰ ਕੰਨਾ, ਹਾਹੀ ਨੂੰ ਬਿਹਾਰੀ, ਮੂੰਹ ਤੋਂ ਲਾਹੀ ਲੋਈ ਤਾਂ ਕੀ ਕਰੇਗਾ ਕੋਈ। ਲੋਈ ਮੂੰਹ ਤੋਂ ਲਾਤੀ ਮਤਲਬ ਜਦੋਂ ਸ਼ਰਮੀ ਚਲੀ ਗਈ ਤਾਂ ਫਿਰ ਕੀ ਕਰ ਸਕਦੇ ਹਾਂ, ਜਦੋਂ ਸੰਗ ਸ਼ਰਮੀ ਹੈ ਨਹੀਂ ਕਿਸੇ ਦੀ, ਫਿਰ ਕੋਈ ਕੀ ਕਰ ਸਕਦਾ। ਮਨ ਹਰਾਮੀ ਹੁਜਤਾਂ ਢੇਰ, ਮਨ ਹਰਾਮੀ ਮਤਲਬ ਮਨ ਹਰਾਮੀ ਹੈ, ਕੋਈ ਕੰਮ ਨਹੀਂ ਕਰਨਾ ਚਾਹੁੰਦਾ, ਬਸ ਪਏ ਰਹਿਣਾ ਚਾਹੁੰਦਾ। ਹੁਜਤਾਂ ਢੇਰ ਦੇ ਬਹਾਨੇ ਇੰਨੇ ਹੈ ਵੀ ਆਹ ਹੋ ਗਿਆ ਉਹ ਹੋ ਗਿਆ, ਕੰਮ ਕਰਨ ਦਾ ਆਪਣਾ ਮਨ ਨਹੀਂ। ਠੀਕ ਹੈ, ਤਾਂ ਇਹ ਉੱਥੇ ਵਰਤਿਆ ਜਾਂਦਾ ਮਨ ਹਰਾਮੀ ਹੁਜਤਾਂ ਢੇਰ, ਤਾਂ ਸਾਡਾ ਆਂਸਰ ਜੋ ਹੈ ਉਹ ਆਏਗਾ ਭਰੇ ਪੇਟ 'ਤੇ ਸ਼ੱਕਰ ਖਾਰੀ। ਜਦ ਸੰਤਾਨ ਮਾਪਿਆਂ ਨਾਲੋਂ ਵੱਧ ਕੇ ਮੂਰਖ ਹੋਵੇ, ਮਾਂ ਫਿਰੇ ਫੋਸੀ ਫੋਸੀ ਪੁੱਤ ਗਹੀਰੇ ਬਖਸ਼ੇ। ਹਾਂਜੀ, ਇਹ ਹੁੰਦਾ ਹੈ ਕਿ ਜਦੋਂ ਕੋਈ ਪੰਜਾਬੀ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਵਿਤੋਂ ਬਾਹਰ ਹੋ ਕੇ, ਮਤਲਬ ਆਪਣੀ ਸਮਰੱਥਾ ਤੋਂ ਬਾਹਰ ਹੋ ਕੇ ਜਦੋਂ ਕੋਈ ਕੰਮ ਕਰਦਾ ਹੋਵੇ, ਜਿਸ ਤਰ੍ਹਾਂ ਕਿ ਇੱਕ ਮਤਲਬ ਕਿ ਮਕੈਨਿਕ ਜਿਸਦੀ ਤਨਖਾਹ ਇੰਨੀ ਨਹੀਂ ਹੈ ਪਰ ਉਹ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਆ ਕੇ ਲੋਕਾਂ ਨੂੰ ਦਿਖਾਵੇ ਅਤੇ ਵੱਡੀਆਂ ਵੱਡੀਆਂ ਗੱਲਾਂ ਕਰੇ, ਤਾਂ ਉੱਥੇ ਇਹ ਵਰਤੀ ਜਾਏਗੀ ਮਾਂ ਫਿਰੇ ਫੋਸੀ ਫੋਸੀ ਪੁੱਤ ਗਹੀਰੇ ਬਖਸ਼ੇ। ਰਾਜੇ ਦੇ ਘਰ ਮੋਤੀਆਂ ਦਾ ਕਾਲ ਹੈ, ਇਹ ਬੋਲਿਆ ਜਾਂਦਾ ਉੱਥੇ ਜਿੱਥੇ ਅਸੀਂ ਕਹੀਏ ਕਿ ਇੱਥੇ ਕਿਸੇ ਚੀਜ਼ ਦੀ ਕਮੀ ਹੈ, ਰਾਜੇ ਦੇ ਘਰ ਕੋਈ ਮੋਤੀਆਂ ਦਾ ਕਾਲ ਹੈ। ਮਾਂ ਨਾਲੋਂ ਧੀ ਸਿਆਣੀ ਰਿੱਧੇ ਪੱਕੇ ਪਾਵੇ ਪਾਣੀ, ਰਿੱਧੇ ਮਤਲਬ ਜਦੋਂ ਰਿੱਧੇ ਪੱਕੇ ਮਤਲਬ ਜਦੋਂ ਚੀਜ਼ ਬਣ ਗਈ ਹੈ ਉਦੋਂ ਫਿਰ ਉਹਦੇ ਵਿੱਚ ਫਿਰ ਪਾਣੀ ਪਾ ਦਿੰਦੀ ਹੈ ਕਿ ਇੰਨੀ ਸਿਆਣੀ ਹੈ। ਠੀਕ ਹੈ, ਮਾਂ ਨਾਲੋਂ ਧੀ ਸਿਆਣੀ ਜਦੋਂ ਵੱਧ ਕੇ, ਜਦੋਂ ਸੰਤਾਨ ਮਾਪਿਆਂ ਤੋਂ ਵੱਧ ਕੇ ਮੂਰਖ ਹੋਵੇ। ਯੱਕਾ ਵੇਖ ਕੇ ਹੀ ਪੈਰ ਭਾਰੀ ਹੁੰਦੇ ਨੇ। ਹਾਂਜੀ, ਯੱਕਾ ਕੀ ਹੁੰਦਾ? ਯੱਕਾ ਹੁੰਦਾ ਚੈਰੀਅਟ, ਜਿਸਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹਾਂ ਰੱਥ। ਠੀਕ ਹੈ, ਯੱਕਾ ਵੇਖ ਕੇ ਮਤਲਬ ਜਿਸ ਤਰ੍ਹਾਂ ਕਿ ਸੋਹਨ ਮਤਲਬ ਪਹਿਲਾਂ ਤਾਂ ਤੁਰਿਆ ਆ ਰਿਹਾ ਸੀ, ਕਾਫੀ ਲੰਮਾ ਪੈਂਡਾ ਉਸਨੇ ਤੁਰ ਕੇ ਹੀ ਮਤਲਬ ਕਿ ਆਪਣਾ ਚੱਲ ਕੇ ਹੀ ਉਹ ਆ ਰਿਹਾ ਸੀ। ਜਦੋਂ ਹੀ ਉਸਨੇ ਦੇਖਿਆ ਕਿ ਉਸਦਾ ਚਾਚਾ ਆ ਰਿਹਾ ਸਕੂਟਰ 'ਤੇ,
ਠੀਕ ਹੈ ਤਾਂ ਉਹ ਕਹਿੰਦਾ ਕਿ ਨਹੀਂ ਮੇਰੇ ਤਾਂ ਹੁਣ ਪੈਰ ਦੁਖਣ ਲੱਗ ਗਏ, ਮੇਰੇ ਲੱਤਾਂ ਦੁਖਣ ਲੱਗ ਗਈਆਂ, ਹੁਣ ਨਹੀਂ ਮੇਰੇ ਤੋਂ ਤੁਰਿਆ ਜਾਂਦਾ। ਤਾਂ ਇਹ ਹੁੰਦਾ ਕਿ ਯੱਕਾ ਵੇਖ ਕੇ ਹੀ ਪੈਰ ਭਾਰੀ ਹੁੰਦੇ ਹਨ, ਠੀਕ ਹੈ। ਤਾਂ ਮਤਲਬ ਜਦੋਂ ਕੋਈ ਸਹੂਲਤ ਆ ਜਾਏ ਉਦੋਂ ਸਾਨੂੰ ਆਪ ਮਤਲਬ ਆਪ ਕੰਮ ਕਰਨਾ ਅਸੀਂ ਪਸੰਦ ਨਹੀਂ ਕਰਦੇ, ਆਪ ਕੰਮ ਸਾਡੇ ਤੋਂ ਫਿਰ ਹੁੰਦਾ ਹੀ ਨਹੀਂ ਕਿ ਸਹੂਲਤ ਹੈਗੀ ਹੈ। ਜਦੋਂ ਕੰਮ ਆਪ ਨਾ ਕਰਨਾ, ਦੋਸ਼ ਕਿਸੇ ਹੋਰ 'ਤੇ ਥੋਪਣਾ, ਕੰਮ ਕਰਨ ਦਾ ਤਾਂ ਆਪਣਾ ਮਨ ਨਹੀਂ ਅਤੇ ਬਹਾਨੇ ਲਗਾਈ ਜਾਣੇ ਜਾਂ ਦੋਸ਼ ਕਿਸੇ ਹੋਰ 'ਤੇ ਲਾ ਦੇਣਾ ਵੀ ਇਹ ਨਹੀਂ ਮੈਨੂੰ ਕਰਨ ਦੇ ਰਿਹਾ, ਆਪ ਕੁਚੱਜੀ ਵਿਹੜੇ ਨੂੰ ਦੋਸ਼। ਇਹ ਸੇਮ ਹੀ ਗੱਲ ਹੈ, ਆਪ ਕੁਚੱਜੀ ਵਿਹੜੇ ਨੂੰ ਦੋਸ਼, ਮਨ ਹਰਾਮੀ ਹੁਜਤਾਂ ਦਾ ਢੇਰ, ਇਹ ਵੀ ਇਸਦਾ ਵੀ ਸੇਮ ਹੀ ਅਰਥ ਹੈ, ਉੱਠਿਆ ਨਾ ਜਾਏ ਫਿੱਟੇ ਮੂੰਹ ਗੋਡਿਆਂ ਦੇ। ਹਾਂਜੀ, ਇਹ ਤਾਂ ਸਾਰੇ ਹੀ ਇਸਨੂੰ ਇਹਦੇ ਵੱਲ ਹੀ ਇਸ਼ਾਰਾ ਕਰਦੇ ਨੇ, ਉਪਰੋਕਤ ਸਾਰੇ ਸਹੀ ਹਨ। ਡੀ ਆਂਸਰ ਸਾਡਾ ਆਏਗਾ ਆਪਣੀ ਸਿਫਤ ਆਪ ਕਰਨਾ, ਆਪਣੇ ਮੂੰਹ ਮੀਆਂ ਮਿੱਠੂ ਬਣ ਜਾਣਾ। ਜਦੋਂ ਕੋਈ ਹੋਰ ਪ੍ਰੇਜ਼ ਨਹੀਂ ਕਰ ਰਿਹਾ, ਜਦੋਂ ਕੋਈ ਹੋਰ ਸਿਫਤ ਨਹੀਂ ਕਰ ਰਿਹਾ, ਤਾਂ ਆਪਣੇ ਮੂੰਹ ਆਪ ਹੀ ਸਿਫਤ ਕਰੀ ਜਾਣੀ। ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਿਉਣ, ਮਤਲਬ ਆਪੇ ਹੀ ਮੈਂ ਮਤਲਬ ਅਸੀਂ ਬਹੁਤ ਵਧੀਆ ਹਾਂ, ਅਸੀਂ ਬਹੁਤ ਪੈਸੇ ਵਾਲੇ ਹਾਂ, ਮੇਰੇ ਬੱਚੇ ਇਸ ਤਰ੍ਹਾਂ ਹਨ, ਮਤਲਬ ਆਪੇ ਹੀ ਸਿਫਤਾਂ ਕਰੀ ਜਾਣੀਆਂ। ਆਪਣੇ ਮੂੰਹ ਮੀਆਂ ਮਿੱਠੂ, ਇਹ ਵੀ ਸੇਮ ਹੀ ਹੈ। ਅੰਨੀ ਕੁੱਕੜੀ ਖਸ ਖਸ ਦਾ ਚੋਗਾ, ਹਾਂਜੀ, ਅੰਨੀ ਕੁੱਕੜੀ ਖਸ ਖਸ ਦਾ ਚੋਗਾ। ਅੰਨੀ ਕੁੱਕੜੀ ਮਤਲਬ ਜਦੋਂ ਕਿਸੇ ਦੇ ਵਿੱਚ ਕੋਈ ਆਪਾਂ ਕਹਿ ਦਿੰਦੇ ਹਾਂ ਕਿ ਇੰਨਾ ਯੋਗ ਕੋਈ ਨਹੀਂ ਹੁੰਦਾ, ਖਸ ਖਸ ਦਾ ਚੋਗਾ, ਕੰਮ ਉਹਨੂੰ ਇੰਨਾ ਔਖਾ ਦਿੱਤਾ ਗਿਆ ਕਿ ਉਹ ਕਰ ਹੀ ਨਾ ਪਾਵੇ, ਤਾਂ ਉੱਥੇ ਇਹ ਵਰਤਿਆ ਜਾਂਦਾ ਹੈ ਅੰਨੀ ਕੁੱਕੜੀ ਖਸ ਖਸ ਦਾ ਚੋਗਾ, ਵੀ ਮਤਲਬ ਇਹ ਕਿੱਥੋਂ ਕਰ ਲੂ, ਇਹ ਤੋਂ ਕਿੱਥੋਂ ਹੋ ਜੂ ਇਹ ਕੰਮ। ਹਾਂਜੀ, ਆਪਣੀ ਸਿਫਤ ਆਪ ਕਰਨਾ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜਿਉਣ, ਅਤੇ ਆਪਣੇ ਮੂੰਹ ਮੀਆਂ ਮਿੱਠੂ। ਡੀ ਆਂਸਰ ਆਏਗਾ ਸਾਡਾ, ਏ ਅਤੇ ਬੀ ਦੋਵੇਂ ਸਹੀ ਹਨ। ਜਦ ਇੱਕੋ ਜਿਹੀਆਂ ਵਾਦੀਆਂ ਵਾਲੇ ਦੋ ਆਦਮੀ ਮਿਲ ਜਾਣ, ਮਤਲਬ ਇੱਕੋ ਜਿਹੀ ਨੇਚਰ ਵਾਲੇ, ਇੱਕੋ ਜਿਹੇ ਮਤਲਬ ਪ੍ਰਕਿਰਤੀ ਜਿਸਨੂੰ ਅਸੀਂ ਕਹਿ ਦਿੰਦੇ ਹਾਂ, ਇੱਕੋ ਜਿਹੇ ਸੁਭਾਅ ਵਾਲੇ, ਇੱਕੋ ਜਿਹੀ ਜਿਨ੍ਹਾਂ ਦੇ ਸ਼ੌਂਕ ਹੋਣ, ਉਹ ਜਦੋਂ ਮਿਲ ਜਾਣ, ਤਾਂ ਉਹਨਾਂ ਦੇ ਲਈ ਅਸੀਂ ਕੀ ਸ਼ਬਦ ਵਰਤ ਕੀ ਅਖਾਣ ਵਰਤਦੇ ਹਾਂ, ਅੰਨੇ ਨੂੰ ਕਾਣਾ ਸੌ ਵੱਲ ਪਾ ਕੇ ਮਿਲਦਾ ਹੈ। ਇਹ ਇਸ ਦੇ ਲਈ ਮਤਲਬ ਕਿ ਵਰਤਿਆ ਜਾਂਦਾ ਕਿ ਅੰਨੇ ਨੂੰ ਕਾਣਾ ਸੌ ਵੱਲ ਪਾ ਕੇ ਮਿਲਦਾ ਹੈ, ਕਿ ਆਪਣੇ ਵਰਗਾ ਬੰਦਾ ਜੋ ਹੈ, ਆਪਣੇ ਵਰਗਾ ਵਿਅਕਤੀ ਜੋ ਹੈ, ਹਰੇਕ ਨੂੰ ਮਿਲ ਹੀ ਜਾਂਦਾ ਹੈ। ਅੰਨੇ ਨੂੰ ਕੀ ਚਾਹੀਦਾ ਹੈ? ਦੋ ਅੱਖਾਂ। ਇਹ ਉੱਥੇ ਵਰਤਿਆ ਜਾਂਦਾ ਹੈ ਕਿ ਜਿੱਥੇ ਸਾਨੂੰ ਮਤਲਬ ਸਾਡੀ ਮਨ ਭਾਉਂਦੀ ਚੀਜ਼ ਜੋ ਸਾਨੂੰ ਬਹੁਤ ਪਿਆਰੀ ਹੋਵੇ ਉਹ ਸਾਨੂੰ ਮਿਲ ਜਾਏ, ਤਾਂ ਉੱਥੇ ਅਸੀਂ ਕਹਿੰਦੇ ਹਾਂ ਕਿ ਅੰਨੇ ਨੂੰ ਕੀ ਚਾਹੀਦਾ? ਦੋ ਅੱਖਾਂ, ਮੈਨੂੰ ਤਾਂ ਇਹੀ ਚੀਜ਼ ਚਾਹੀਦੀ ਸੀ। ਅੰਨੇ ਨੂੰ ਮਾਂ ਮਸੀਤੇ ਛੱਡ ਗਈ, ਕਿ ਇੱਕ ਤਾਂ ਮਤਲਬ ਕਿ ਵਿਚਾਰੇ 'ਚ ਪਹਿਲਾਂ ਹੀ ਥੋੜ੍ਹਾ ਜਿਹਾ ਕੋਈ ਦੋਸ਼ ਹੈ, ਠੀਕ ਹੈ, ਉਹਦੀ ਹੁਣ ਬਾਤ ਵੀ ਨਹੀਂ ਪੁੱਛ ਰਹੇ, ਉਹਦੇ ਉਹਨੂੰ ਘਰ ਦੇ ਵੀ ਕੁਛ ਨਹੀਂ ਪੁੱਛ ਰਹੇ, ਤਾਂ ਉੱਥੇ ਵਰਤਿਆ ਜਾਂਦਾ ਅੰਨੇ ਨੂੰ ਮਾਂ ਮਸੀਤੇ ਛੱਡ ਗਈ, ਕਿ ਇਹਨੂੰ ਤਾਂ ਕੋਈ ਪੁੱਛਦਾ ਸੀ ਨਹੀਂ ਹੈਗੀ, ਇਹਨੂੰ ਤਾਂ ਕੋਈ ਪੁੱਛਦਾ ਹੀ ਨਹੀਂ। ਇੱਕ ਸੱਪ ਦੂਜਾ ਉੱਡਣਾ, ਮਤਲਬ ਪਹਿਲਾਂ ਤਾਂ ਸੱਪ ਹੈ, ਮਤਲਬ ਸੱਪ ਤੋਂ ਹੀ ਸਾਨੂੰ ਡਰ ਲੱਗਦਾ, ਅਤੇ ਦੂਜਾ ਉੱਡਣਾ ਮਤਲਬ ਉੱਡ ਕੇ ਵੀ ਉਹ ਡੱਸ ਸਕਦਾ, ਤਾਂ ਮਤਲਬ ਪਹਿਲਾਂ ਤਾਂ ਡੇਂਜਰਸ, ਉੱਪਰੋਂ ਹੋਰ ਡੇਂਜਰਸ, ਇੱਕ ਸੱਪ ਅਤੇ ਦੂਜਾ ਉੱਡਣਾ ਮਤਲਬ ਹੋਰ ਖਤਰਨਾਕ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਇੱਕ ਤਾਂ ਕਰੇਲਾ ਦੂਜਾ ਨਿੰਮ ਚੜਿਆ, ਮਤਲਬ ਇੱਕ ਤਾਂ ਪਹਿਲਾਂ ਹੀ ਕਰੇਲਾ ਕੌੜਾ ਹੁੰਦਾ, ਉਹ ਨਿੰਮ ਵੀ ਚੜਾਤਾ ਉੱਪਰ, ਤਾਂ ਫਿਰ ਬਸ ਗੱਲ ਹੀ ਕੀ ਹੈ। ਇੱਕੋ ਜਿਹੀਆਂ ਆਬਾਦੀਆਂ ਵਾਲੇ ਦੋ ਆਦਮੀ ਮਿਲ ਜਾਣ, ਤਾਂ ਅੰਨੇ ਨੂੰ ਕਾਣਾ ਸੌ ਵੱਲ ਪਾ ਕੇ ਮਿਲਦਾ ਹੈ। ਆਪਣੇ ਸਹਾਇਕ ਦਾ ਅਯੋਗ ਲਾਭ ਨਹੀਂ ਉਠਾਉਣਾ ਚਾਹੀਦਾ, ਮਤਲਬ ਜਦੋਂ ਕੋਈ ਤੁਹਾਡੀ ਸਹਾਇਤਾ ਕਰ ਰਿਹਾ, ਜਦੋਂ ਕੋਈ ਤੁਹਾਡੀ ਮਦਦ ਦੇ ਲਈ ਅੱਗੇ ਆ ਰਿਹਾ, ਤਾਂ ਅਸੀਂ ਉਸਨੂੰ ਫਿਰ ਉਹਦਾ ਅਯੋਗ ਫਾਇਦਾ ਉਠਾਉਣ ਲੱਗ ਜਾਈਏ, ਇਹ ਦੇਖੀਏ ਹੀ ਨਾ ਕਿ ਅਗਲੇ ਦੀ ਵੀ ਕੁਛ ਲਿਮਿਟੇਸ਼ਨਸ ਹੋਣਗੀਆਂ, ਅਗਲੇ ਨੇ ਵੀ ਆਪਣਾ ਕੁਛ ਕਰਨਾ ਹੋਏਗਾ। ਸਵਾਲ ਕਣਕ ਅਤੇ ਜਵਾਬ ਜੌਂ, ਇੱਥੇ ਅਤੇ ਆਏਗਾ, ਅਤੇ ਜਵਾਬ ਜੌਂ, ਮਤਲਬ ਪੁੱਛਿਆ ਕੁਛ ਹੈ, ਦੱਸਿਆ ਕੁਛ ਹੋਰ, ਕਿ ਲੇਟ ਆਏ ਬੱਚੇ ਨੂੰ ਜਦੋਂ ਉਸਦੇ ਪਿਤਾ ਜੀ ਨੇ ਪੁੱਛਿਆ ਕਿ ਕਿੱਥੋਂ ਆਇਆ, ਤਾਂ ਉਹ ਕਹਿਣ ਲੱਗਿਆ ਕਿ ਕੱਲ੍ਹ ਨੂੰ ਮੈਂ ਸਕੂਲ ਜਾਣਾ। ਤਾਂ ਇਹ ਤਾਂ ਉਹੀ ਗੱਲ ਹੋ ਗਈ ਕਿ ਸਵਾਲ ਕਣਕ ਜਵਾਬ ਚੋਂ, ਪੁੱਛਿਆ ਤੇਰੇ ਤੋਂ ਕੁਛ ਹੋਰ ਹੈ, ਜਵਾਬ ਤੋਂ ਕੁਛ ਹੋਰ ਦੇ ਰਿਹਾ। ਸੱਜਣ ਬਾਂਹ ਦੇਵੇ ਤਾਂ ਨਿਗਲ ਨਹੀਂ ਲੈਣੀ ਚਾਹੀਦੀ, ਤਾਂ ਇਹ ਉਹੀ ਹੈ ਕਿ ਸੱਜਣ ਬਾਂਹ ਦੇਵੇ, ਕਿ ਤੁਹਾਡੀ ਕੋਈ ਮਦਦ ਕਰਨੀ ਚਾਹੇ ਤਾਂ ਨਿਗਲ ਨਹੀਂ ਲੈਣੀ ਚਾਹੀਦੀ, ਮਤਲਬ ਉਹਦਾ ਨੁਕਸਾਨ ਨਹੀਂ ਕਰਨਾ ਚਾਹੀਦਾ, ਠੀਕ ਹੈ। ਤਾਂ ਸਾਡੀ ਬਿੱਲੀ ਸਾਨੂੰ ਮਿਆਉਂ, ਕਿ ਮਤਲਬ ਮੇਰੇ ਤੋਂ ਹੀ ਸਿੱਖ ਕੇ ਮੈਨੂੰ ਹੀ ਉਹ ਕਰ ਰਿਹਾ, ਠੀਕ ਹੈ, ਸਾਡੀ ਬਿੱਲੀ ਸਾਨੂੰ ਮਿਆਉਂ, ਇਹ ਤਾਂ ਆਮ ਜਿਹੀ ਉਹ ਹੈ। ਸੱਪ ਨੂੰ ਸੱਪ ਲੜੇ ਵਿਸ਼ ਕਿਸ ਨੂੰ ਚੜੇ, ਸੱਪ ਨੂੰ ਸੱਪ ਲੜ ਰਿਹਾ, ਮਤਲਬ ਇੱਕੋ ਜਿਹੀ ਦੋ ਬੰਦੇ ਲੜ ਰਹੇ ਨੇ, ਵਿਸ਼ ਕਿਸ ਨੂੰ ਚੜੇ, ਨਾ ਇਹ ਉਸਦਾ ਨੁਕਸਾਨ ਕਰ ਰਿਹਾ ਨਾ ਉਹ ਉਸਦਾ ਨੁਕਸਾਨ ਕਰ ਸਕਦਾ, ਠੀਕ ਹੈ। ਤਾਂ ਇੱਕੋ ਜਿਹੀ ਯੋਗਤਾ ਵਾਲੇ ਦੋ ਬੰਦੇ ਲੜ ਰਹੇ ਨੇ, ਤਾਂ ਕੋਈ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ, ਤਾਂ ਸੱਜਣ ਬਾਂਹ ਦੇਵੇ ਤਾਂ ਨਿਗਲ ਨਹੀਂ ਲੈਣੀ ਚਾਹੀਦੀ। ਤਾਂ ਅੱਜ ਇੰਨਾ ਹੀ, ਅਗਲੀ ਕਲਾਸ ਦੇ ਵਿੱਚ ਮਿਲਦੇ ਹਾਂ ਮੁਹਾਵਰਿਆਂ ਦੇ ਨਾਲ। ਸੋ ਥੈਂਕ ਯੂ ਸੋ ਮੱਚ, ਬਹੁਤ ਬਹੁਤ ਸ਼ੁਕਰੀਆ।